ਮੈਡਮ ਇਹ ਗੱਲ ਕਹਿੰਦੇ ਨੇ ਕਿ ਸੋਨੂੰ ਸਰ ਤੋਂ ਕੋਈ ਲਾਭ ਮਿਲਦਾ ਜਦਕਿ ਸਰ ਸਾਡੇ ਪਿਤਾ ਸਮਾਨ ਨੇ ਉਹ ਸਾਨੂੰ ਆਪਣੇ ਦੇਖ ਕੇ ਸਮਝੇ ਮੈਡਮ ਦਾ ਕੀ ਹੱਕ ਬਣਦਾ ਇਹ ਗੱਲ ਕਹਿੰਦਾ ਕਿ ਸੋਨੂੰ ਸਰ ਤੋਂ ਕੋਈ ਲਾਭ ਮਿਲਦਾਗਾ स्कूल पढ़ाई का मंदिर कहा जाता है जिथे बच्चों नूं पढ़ाया जाता है पर संगरूर के एक स्कूल विच अध्यापक ही एक दूजे नूं थप्पड़ मारन ते उतर आए। दरअसल पिंड मौड़ां दे सरकारी स्कूल के बच्चों ने अपने ही स्कूल का सारा स्टाफ स्कूल के अंदर बंद करके बाहरों जिंदा ला दिता ते बच्चे स्कूल के गेट के बाहर अखां च हंझुआं नाल रोंदे नज़र आए। पुलिस बच्चों नूं हटा के स्कूल के स्टाफ नूं बाहर कढ़न विच लगी हुई सी पर बच्चे इस गल का विरोध कर रहे सी। मामला दो टीचरों की आपसी तू तू मैं दा है जिथे बच्चों ने एक टीचर की हमायत करते हुए बाकी स्टाफ नू स्कूल दे अंदर बंद कर दिता। बिल्डिंग जी आ बलवीर सर गड्डी चो दारू पी के आए ते इधर गए उथे सरां दी पग ताड़ी ते लत्तां लुत्तां मारियां सरां दे हरप्रीत सरां दे फिर जाके पग पुग तार के उथे लत्तां नाल कुट्टे उदों फिर जाके ओ होया जी। की मांग करदे हो तुसीं? अस्ता हुण हरप्रीत सरां नूं रखणा चाहुणे जी बाकी सारा स्टाफ तां साडे लई कोई जरूरी नहीं। जिहड़ा तुसीं जिंदा ला के प्रोटेस्ट कर रहे हो अज अस्ता ही करांगे जी जदों हरप्रीत सरां नूं ओ ਫਾਹ ਲੈਣ ਤੇ ਮਜਬੂਰ ਕੀਤਾ ਗਿਆ ਜੀ ਉਹ ਦੀਪੀ ਦੁੱਪੀ ਆਇਆ ਹੋਣਾ ਜੀ। ਬਾਕੀ ਤੁਹਾਡੇ ਜਿਹੜੇ ਟੀਚਰ ਨੇ ਸਾਰੇ ਅੰਦਰ ਨੇ ਹੁਣ? ਹਾਂ ਸਾਰੇ ਅੰਦਰ ਨੇ ਕੋਈ ਬਾਹਰੇ ਨਹੀਂ ਜਾ ਸਕਦਾ ਜੀ ਕੋਈ ਗੱਡੀ ਬਾਹਰੇ ਨਹੀਂ ਜਾ ਸਕਦੀ। ਹਾਂਜੀ ਕੋਈ ਗੱਡੀ ਬਾਹਰੇ ਨਹੀਂ ਜਾ ਸਕਦੀ। ਬਲਵੀਰ ਸਰ ਉੱਥੇ ਬੈਠੇ ਦੀ ਦੋ ਹਫ਼ਤੇ ਦੀ ਗੱਲ ਹੋ ਗਈ ਜੀ ਮੈਂ ਉਹਨਾਂ ਦੀ ਨੰਗਾ ਯਾਰ ਦੀ ਮੈਨੂੰ ਕਰਦੇ ਤੁਸੀਂ ਪੈਗ ਲਾ ਲਾ ਮੈਂ ਚੱਲ ਊਂ ਕਹਿਤਾ ਚਾਹੇ ਮਜ਼ਾਕ ਚ ਕਹਿਤਾ ਚਾਹੇ ਮੈਂ ਜਿਵੇਂ ਮਰਜ਼ੀ ਕਹਿਤਾ ਆਖਰ ਹੈਗਾ ਜੀ ਹੁਣ ਮੈਂ ਤਾਂ ਉਹੀ ਗਵਾਹੀ ਭਰਦਾ ਜੀ। अपनी पग उतार के सिट दी कि मैं इतना वड्डा इंजाम किवें सह सकदा ते पहला भी लड़ाई वेले भी सर दी पग उतारी ते एक बार पहला भी सानू पता जे सर नू किवें रोकिया सर कह रहे सी कि अगर मैं इन्हां नू नहीं पसंद मैं अज मर जाणा। मैं बलवीर सिंह इंग्लिश लेक्चरर मौड़ा। कारण की है बच्चे तुहाडे ते ब्लेम कर रहे हैं कि देखो मेरा झगड़ा होया दी हरप्रीत सर नाल उन्होंने मैनू मारिया मैं उन्होंने मारिया सेम डे साडा समझौता हो गया सी उदू बाद मैं माफ़ी भी रिटर्न च भी मंग ली है
ਤੇ ਇਦੋਂ ਬਾਅਦ ਹਾਲਾਤ ਅੱਜ ਕੱਲ ਪੈਦਾ ਹੋਏ। ਤੁਸੀਂ ਇੱਕ ਅਧਿਆਪਕ ਹੈਗੇ ਹੋ, ਤੁਸੀਂ ਸਕੂਲ ਦੇ ਵਿੱਚ ਬੱਚਿਆਂ ਨੂੰ ਵਿੱਦਿਆ ਦੇਣ ਆਉਂਦੇ ਹੋ ਜਾਂ ਆਪਸ ਦੇ ਵਿੱਚ ਲੜਨ ਆਉਂਦੇ ਹੈਗੇ? ਬਿਲਕੁਲ ਵਿੱਦਿਆ ਦੇਣ ਆਉਂਦੇ, ਉਹਦੀ ਅਸੀਂ ਸ਼ਰਮਸ਼ਾਰ ਹੋ ਕੇ ਮਾਫੀ ਮੰਗ ਲਈ ਸੀ ਮੈਂ, ਤੇ ਮੈਂ ਵਾਅਦਾ ਵੀ ਕੀਤਾ ਸੀ ਕਿ ਅਸੀਂ ਐਜੂਕੇਸ਼ਨ ਨੂੰ ਹੋਰ ਵਧੀਆ ਬਣਾਵਾਂਗੇ, ਕੋਸ਼ਿਸ਼ ਜਾਰੀ ਹੈ। ਕਿੱਥੋਂ ਬਿਲੋਂਗ ਕਰਦੇ ਹੋ? ਮੈਂ ਸੰਗਰੂਰ ਤੋਂ ਕਰਦਾ। ਕਾਰਨ ਕੀ, ਤੁਹਾਡੇ ਲੜਾਈ ਦਾ ਕੀ ਕਾਰਨ ਹੋਇਆ? ਉਸੇ ਦਿਨ ਸਾਡੀ ਕੋਈ ਉਸ 12 ਅਗਸਤ ਦੀ ਗੱਲ ਹੈ, ਥੋੜੀ ਮੋਟੀ ਤੂੰ ਤੂੰ ਮੈਂ ਹੋ ਗਈ ਸੀ ਤੇ ਸਾਡਾ ਡਿਸਪਿਊਟ ਹੋ ਗਿਆ ਸੀ। ਮੈਂ 1000 ਵਾਰ ਸਟਾਫ ਦੇ ਸਾਹਮਣੇ ਬੱਚਿਆਂ ਦੇ ਸਾਹਮਣੇ ਵੀ ਕਹਿਤਾ ਮੇਰੇ ਤੋਂ ਗਲਤੀ ਹੋ ਗਈ ਸੀ, ਉਹਨਾਂ ਨੇ ਮੇਰੇ ਤੋਂ ਮਤਲਬ ਮਾਫੀ ਮੰਗ ਲਈ ਸੀ ਤੇ ਮੈਂ ਉਤੋਂ ਮੰਗ ਲਈ ਸੀ ਗੱਲ। ਲੇਕਿਨ ਬੱਚੇ ਕਹਿੰਦੇ ਨੇ ਕਿ ਜਿਹੜੇ ਹਰਪ੍ਰੀਤ ਸਰ ਨੇ ਵੀ ਉਹ ਸਾਨੂੰ ਵਧੀਆ ਤਰੀਕੇ ਨਾਲ ਪੜ੍ਹਾਉਂਦੇ। ਬਿਲਕੁਲ, ਬਹੁਤ ਕਾਬਿਲ ਟੀਚਰ ਹੈ, ਬਹੁਤ ਮਿਹਨਤ ਕਰਦਾ, ਐਕਸਟਰਾ ਟਾਈਮ ਵੀ ਲਾਉਂਦਾ, ਇਹ 'ਚ ਕੋਈ ਸ਼ੱਕ ਨਹੀਂ ਹੈ। ਪਰ ਜਿਹੜਾ ਘਟਨਾਕ੍ਰਮ ਹੁਣ ਹੋ ਰਿਹਾ ਉਹਦੇ ਲਈ ਮੈਂ ਇਕੱਲਾ ਜ਼ਿੰਮੇਵਾਰ ਨਹੀਂ ਹਾਂ, ਉਹ ਸਾਰਾ ਸਟਾਫ ਆਰਾਮ ਸਰ ਡਿਟੇਲ 'ਚ ਦੱਸਦਾ। ਲੇਕਿਨ ਬੱਚੇ ਨੇ ਜਿਹੜੇ ਬੱਚੇ ਤੁਹਾਡੇ ਖਿਲਾਫ ਬੋਲ ਰਹੇ ਹੈਗੇ, ਬੱਚੇ ਇਹਦਾ ਇਹ ਵੀ ਇਲਜ਼ਾਮ ਹੈ ਕਿ ਬਲਕੀਰ ਸਰ ਹੈਗੇ ਡਰਿੰਕ ਕਰਕੇ ਆਉਂਦੇ ਹੈਗੇ? ਦੇਖੋ ਸਾਰਾ ਪਿੰਡ ਖੜਾ ਹੈ, ਮੇਰਾ ਮੈਡੀਕਲ ਕਰਾ ਲਓ ਜਦੋਂ ਕੋਈ ਲੱਗੇ, ਉਹ ਨੋ ਪ੍ਰੋਬਲਮ ਹੈ, ਮੈਂ ਹਰ ਹਰਜਾਨਾ ਭਰਨ ਤਿਆਰ ਹਾਂ ਜੇ ਕੋਈ ਇਹੀ ਗੱਲ ਨਿਕਲੇ। ਦੂਸਰੀ ਗੱਲ, ਅੱਜ ਦਾ ਜਿਹੜਾ ਝਗੜਾ, ਸਰਦਾਰ ਰਾਮ ਸਿੰਘ ਨੂੰ ਬੁਲਾ ਲਓ, ਸਾਡੇ ਇੰਚਾਰਜ ਨੇ। ਉਹ ਕਮਰੇ ਦੇ ਵਿੱਚ ਕਿਉਂ ਲੁਕੇ ਹੋਏ ਸੀਗੇ ਜਾ ਕੇ? ਕੌਣ ਤੁਸੀਂ? ਹੁਣ ਕਮਰੇ ਦੇ ਵਿੱਚੋਂ ਨਿਕਲੇ? ਮੈਂ ਇਸ ਹਜੂਮ ਤੋਂ ਡਰਦਾ ਵੀ ਕੋਈ ਜੇ ਹੱਥ ਚੱਕ। ਬੱਚੇ ਨੇ, ਬੱਚੇ ਤਾਂ ਇੱਕ ਆਪਣੇ ਅਧਿਆਪਕ ਨੂੰ ਪਿਤਾ ਸਮਾਨ ਸਮਝਦੇ ਨੇ, ਪਰ ਲੇਕਿਨ ਤੁਸੀਂ ਆਪਣੇ ਜਿਹੜੇ ਇੱਥੇ ਪ੍ਰੋਬਲਮ ਕੀ ਹੈ ਵੀ ਛੋਟੇ ਬੱਚੇ ਆ ਹਨਾ, ਮੈਂ ਹਲੇ ਵੀ ਇੱਥੇ ਰਹਿ ਸਕਦਾ, ਮੈਂ ਨਹੀਂ ਚਾਹੁੰਦਾ ਬੱਚਿਆਂ 'ਚ ਕੋਈ ਜ਼ਿਆਦਾ ਮੈਸੇਜ ਆਵੇ, ਅਤੇ ਮੈਂ ਬਚਣਾ ਚਾਹੁੰਦਾ ਅਸਲ 'ਚ ਵੀ ਮੇਰੇ ਬੱਚੇ ਛੋਟੇ ਛੋਟੇ ਨੇ, ਮੈਂ ਕਿਸੇ ਦਾ ਬਰਥਡੇ ਮਨਾਇਆ ਹੋ, ਹਰਦੀਪ ਦਾ ਜਾਂ ਹੋਰ, ਮੇਰੀ ਇਮੇਜ ਮੈਂ ਬਰਕਰਾਰ ਰੱਖਣੀ ਚਾਹੁੰਦਾ। ਲੇਕਿਨ ਦੇਖਿਆ ਜਾਂਦਾ ਸੀ ਅਧਿਆਪਕ ਨੂੰ ਇੱਕ ਗੁਰੂ ਮੰਨਿਆ ਜਾਂਦਾ ਹੈਗਾ, ਪਰ ਲੇਕਿਨ ਜੇ ਗੁਰੂ ਨੂੰ ਬੱਚਿਆਂ ਤੋਂ ਲੁੱਕ ਕੇ ਰਹਿਣਾ ਪੈ ਜੇ, ਬੱਚੇ ਨੇ ਜਿਹੜੇ ਗੁਰੂ ਦੇ ਖਿਲਾਫ ਇਲਜ਼ਾਮ ਲਗਾਉਣ? ਮੈਂ ਇਕੱਲਾ ਨਹੀਂ ਅਜੇ, 25 ਦੇ 25 ਲੁਕੇ ਫਿਰਦੇ ਆ, ਕੋਈ ਐਸੀ ਗੱਲ? ਕਾਰਨ ਕੀ ਹੈਗਾ? ਕਾਰਨ ਤੁਹਾਨੂੰ ਪਤਾ ਹੀ, ਝਗੜਾ ਜਿਹੜਾ ਹੋਇਆ ਉਹ ਕਾਰਨ ਨਹੀਂ। ਫਿਰ ਝਗੜਾ ਸਰਕਾਰੀ ਸਕੂਲ ਦੇ ਵਿੱਚ, ਇੱਕ ਪਾਸੇ ਆਪਾਂ ਕਹਿੰਦੇ ਕਿ ਜਿਹੜੀ ਵਿਦਿਆ ਤਾਂ ਪਰ ਇਹ ਮੈਸੇਜ ਕਿੰਨਾ ਗਲਤ ਜਾਏਗਾ ਬੱਚੇ? ਬਹੁਤ ਜ਼ਿਆਦਾ, ਇਸੇ ਚੀਜ਼ ਤੋਂ ਬਚਣ ਲਈ ਮੈਂ ਸਾਈਡ ਤੇ ਸੀ ਤਾਂ ਕਿ ਮੈਨੂੰ ਕੁਝ ਬੋਲਣਾ ਨਾ ਪਵੇ। ਥੈਂਕ ਯੂ ਵੈਰੀ ਮਚ। ਬੱਚੇ ਨੇ ਇਲਜ਼ਾਮ ਸਹੀ ਨੇ? ਨਹੀਂ, ਮੈਂ ਕੁਛ ਨਹੀਂ ਕਹਿੰਦਾ, ਉਹ ਡੀਓ ਨੂੰ ਦੇਖਣਾ, ਡਿਪਾਰਟਮੈਂਟ ਨੂੰ ਦੇਖਣਾ, ਮੈਂ ਆਈ ਕੈਨ ਸੇ ਨਾਥ। ਰਾਮ ਸਿੰਘ ਬਤੌਰ ਇੰਚਾਰਜ ਜੀ, ਇਹ ਜੋ ਬੱਚਿਆਂ ਨੇ ਅੱਜ ਪ੍ਰੋਟੈਸਟ ਕੀਤਾ ਹੈਗਾ ਗੇਟ ਨੂੰ ਤਾਲਾ ਲਗਾ ਕੇ, ਕੀ ਕਾਰਨ ਹੈ? ਇਹ 12-8 ਤੋਂ ਘਟਨਾ, ਇੱਕ 12-8 ਦੀ, ਉਸ ਦਿਨ ਮੇਰੇ ਸਾਹਮਣੇ ਹਰਪ੍ਰੀਤ ਸਿੰਘ ਨੇ ਥੱਪੜ ਮਾਰਿਆ ਬਲਵੀਰ ਸਿੰਘ ਦੇ ਜੀ, ਉਸ ਟਾਈਮ ਹੋਰ ਸਟਾਫ ਵੀ ਸੀ ਮੇਰੇ ਲਈ, ਰਿਕਾਰਡਿੰਗ ਵੀ ਹੈਗੀ ਉਹ ਟਾਈਮ ਦੀ, ਉਹ ਰਿਕਾਰਡਿੰਗ ਦੇ ਵਿੱਚ ਜੋ ਇੱਕ ਦੋ ਹੋਰ ਮੈਂਬਰ ਵੀ ਹੈਗੇ ਸੀਗੇ, ਉਹ ਵੀ ਕਹਿ ਰਹੇ ਨੇ ਵੀ ਹਰਪ੍ਰੀਤ ਸਿੰਘ ਨੇ ਇਹ ਗੱਲ ਮਾੜੀ ਕਰੀ ਹੈ ਬਲਵੀਰ ਸਿੰਘ ਦੇ ਜੋ ਥੱਪੜ ਮਾਰਿਆ ਸਕੂਲ ਦੌਰਾਨ ਮਾਰੇ ਜੀ। ਹਾਂ, ਹਾਜ਼ਰੀ ਲਾਉਣ ਵੇਲੇ। ਕਾਰਨ ਕੀ ਹੈ ਜੀ? ਇੱਕ ਪਾਸੇ ਬੱਚਿਆਂ ਨੂੰ ਆਪਾਂ ਸਿੱਖਿਆ ਦੇਣ ਆਉਂਦੇ ਹਾਂ, ਦੂਸਰੇ ਪਾਸੇ ਆਪਸ ਦੇ ਵਿੱਚ ਭਿੜਦੇ ਹੋਏ ਆਪਾਂ ਚੰਗੇ ਲੱਗਦੇ ਹੈਗੇ, ਇਸ ਉੱਪਰ ਕੋਈ ਸ਼ਿਕਾਇਤ ਕੀਤੀ ਤੁਹਾਡੇ ਵੱਲੋਂ? ਉਸ ਦੇ ਸੰਬੰਧ ਵਿੱਚ ਬਲਬੀਰ ਸਰ ਮੈਨਾਂ ਚੌਂਕੀ ਗਏ ਸੀ, ਉੱਥੇ ਬਾਰੋ ਬਾਰੀ ਸਮਝੌਤਾ ਹੋ ਗਿਆ ਸੀ, ਕੋਈ ਦਰਜ ਨਹੀਂ ਕਰਾਈ ਕੋਈ FIR ਕੋਈ ਹੋਰ, ਵਾਰ ਦੀ ਵਾਰ ਸਮਝੌਤਾ ਹੈਗਾ ਹੋਇਆ। ਤੁਸੀਂ ਇੱਕ ਇੰਚਾਰਜ ਹੋ, ਤੁਹਾਡਾ ਵੀ ਫਰਜ਼ ਬਣਦਾ ਸੀ ਕਿ ਉੱਚ ਅਧਿਕਾਰੀਆਂ ਦੇ ਆਪਾਂ ਧਿਆਨ 'ਚ ਲਿਆਉਂਦੇ, ਜੇ ਕੋਈ ਮਸਲਾ ਹੈਗਾ ਇਸ ਤਰ੍ਹਾਂ ਦਾ ਤਾਂ ਉਹਨੂੰ ਵਿੱਚ ਬੈਠ ਕੇ ਸੈਟ ਆਊਟ ਕੀਤਾ ਜਾਂਦਾ ਤਾਂ ਬੱਚਿਆਂ ਤੱਕ ਨਾ ਉਹ ਪਲੇਸ ਪਹੁੰਚਦਾ? ਇਨਕੁਆਇਰੀ ਅਫਸਰ ਆਏ ਸੀਗੇ ਜੀ, ਉਹ ਵਿਊਜ ਲੈ ਕੇ ਉਹ ਮਤਲਬ ਉੱਪਰ ਡਾਕ ਗਈ ਹੈ DPA ਦਫ਼ਤਰ ਤੋਂ, ਦੋਨਾਂ ਨੂੰ ਲੈਟਰ ਆਏ ਹੋਏ ਨੇ, ਹਰਪ੍ਰੀਤ ਸਿੰਘ ਨੂੰ ਵੀ ਲੈਟਰ ਆਇਆ ਹੈ ਜੀ, ਤੇ ਅੰਬਲਵੀਰ ਸਰ ਨੂੰ ਵੀ ਲੈਟਰ ਆਇਆ ਹੈ, ਜੋ ਉਹਦਾ ਜਵਾਬ ਦਲ ਵੀ ਦੇਣੀ ਆ। ਜੋ ਅੱਜ ਦਾ ਮੈਟਰ ਹੈਗਾ ਜੀ, ਇਹ ਕੀ ਮੈਟਰ ਹੈਗਾ? ਬੱਚਿਆਂ ਨੇ ਲੌਕ ਲਗਾ ਕੇ ਸਕੂਲ ਨੂੰ ਤੁਹਾਨੂੰ ਸਾਰਿਆਂ ਨੂੰ ਅੰਦਰ ਬੰਦ ਕੀਤਾ ਹੋਇਆ, ਇਹ ਕੀ ਕਾਰਨ ਹੈਗਾ? ਇਹਦਾ ਕਾਰਨ ਬੱਚੇ ਨੂੰ ਪਤਾ ਹੋ ਸਕਦਾ ਵੀ ਕਿਉਂ ਕਰ ਰਹੇ ਨੇ ਸਾਨੂੰ? ਬੱਚੇ ਬਲੇਮ ਕਰ ਰਹੇ ਹੈਗੇ ਕਿ ਸਾਡੇ ਜਿਹੜੇ ਸਰ ਨੇ ਹਰਪ੍ਰੀਤ ਸਿੰਘ ਵਧੀਆ ਪੜ੍ਹਾਉਂਦੇ ਨੇ, ਪਰ ਲੇਕਿਨ ਉਹਨਾਂ ਤੇ ਜਿਹੜਾ ਹੈਗਾ ਸਾਰੇ ਟੀਚਰ ਉਹਨਾਂ ਦੇ ਅਗੇਂਸਟ ਨੇ। ਉਹਦਾ ਵੀ ਕੋਈ ਕਾਰਨ ਹੋ ਸਕਦਾ, ਜੇ ਟੀਚਰ ਉਹਨਾਂ ਦੇ ਅਗੇਂਸਟ ਨੇ ਕੋਈ ਕਾਰਨ ਹੋ ਸਕਦਾ। ਬਲਵੀਰ ਸਿੰਘ ਤੇ ਇਲਜ਼ਾਮ ਲਗਾ ਰਹੇ ਨੇ ਕਿ ਡਰਿੰਕ ਕਰਕੇ ਆਉਂਦੇ ਨੇ ਸਕੂਲ 'ਚ, ਇੱਦਾਂ ਦੀ ਗੱਲ ਵੀ ਹੈਗੀ? ਸਾਰਾ ਸਟਾਫ ਨੇ ਕਿਸੇ ਨੇ ਨਹੀਂ ਦੇਖੇ, ਬਲਵੀਰ ਸਿੰਘ ਨੇ ਦਾਰੂ ਪੀਤੀ ਹੈ ਜੀ, ਜੇ ਦਾਰੂ ਪੀਤੀ ਹੁੰਦੀ ਉਹ ਬੈਕ ਡੇਟ ਦੀਆਂ ਗੱਲਾਂ ਹੋ ਰਹੀਆਂ ਨੇ, ਜਿੱਦੇ ਪੀਤੀ ਹੁੰਦੀ ਉਹਦੇ ਮੇਰੇ ਲਈ ਕੋਈ ਲਿਖਤੀ ਸਬੂਤ ਨਹੀਂ ਆਇਆ ਹੈਗਾ, ਨਾ ਕਿਸੇ ਨੇ ਮੇਰੇ ਲਈ ਲਿਖਤੀ ਕੰਪਲੇਂਟ ਕਰੀ ਹੋਈ ਹੈ, ਜੇ ਹੁੰਦੀ ਮੈਂ ਨਾਲ ਦੀ ਨਾਲ ਮੈਡੀਕਲ ਕਰਾ ਕੇ ਬਲਵੀਰ ਸਿੰਘ ਦਾ ਜ਼ਰੂਰ ਮੈਡੀਕਲ ਕਰਾਉਂਦਾ ਜੀ। ਜੋ ਬੱਚੇ ਬਲੇਮ ਕਰ ਰਹੇ ਨੇ ਸਾਰਿਆਂ ਨੂੰ ਤੁਸੀਂ ਸਿਰੇ ਤੋਂ ਨਕਾਰ ਰਹੇ ਹੋ? ਕੀ ਬਲੇਮ ਲਾ ਰਹੇ ਨੇ? ਬੱਚੇ ਬਲੇਮ ਇਹੀ ਕਰ ਰਹੇ ਨੇ ਕਿ ਬਲਵੀਰ ਸਿੰਘ ਸਾਡੇ ਅਧਿਆਪਕ ਨੇ, ਉਹ ਡਰਿੰਕ ਕਰਕੇ ਆਉਂਦੇ ਨੇ ਸਕੂਲ ਦੇ ਵਿੱਚ, ਨੰਬਰ 2 ਸੇ ਦੂਸਰਾ ਸਟਾਫ ਸਾਰਾ ਇੱਕ ਦੂਸਰੇ ਨਾਲ ਗੱਲਾਂ ਕਰਦਾ ਹੈਗਾ, ਸਾਨੂੰ ਪੜ੍ਹਾਉਂਦਾ। ਇਹ ਜਦੋਂ ਲੜਾਈ ਹੋਈ ਉਦੋਂ ਬਾਅਦ ਮਤਲਬ ਉਹਦੇ ਇਲਜ਼ਾਮ ਲੱਗਣ ਲੱਗੇ ਨੇ ਬਲਵੀਰ ਸਿੰਘ ਤੇ ਜੀ, ਦਾਰੂ ਦੇ। ਤੁਹਾਡੇ ਸਕੂਲ ਦੇ ਵਿੱਚ ਕਿੰਨੇ ਬੱਚੇ ਦੀ ਸਟਰੈਂਥ ਹੈ ਜੀ? 400 ਦੇ ਕਰੀਬ। ਸਾਰੇ ਬੱਚੇ ਤਕਰੀਬਨ ਤੁਹਾਡੇ ਸਟਾਫ ਦੇ ਖਿਲਾਫ ਹੋਏ ਖੜੇ ਹੈਗੇ ਨੇ, ਇਸ ਦਾ ਕਾਰਨ ਕੀ ਹੈ?
ਤਾਲਮੇਲ ਨਹੀਂ ਬੱਚਿਆਂ ਨਾਲ ਹੈਗਾ ਸਟਾਫ ਦਾ। ਇਸ ਦਾ ਕਾਰਨ ਇਹ ਹੋ ਸਕਦਾ ਵੀ ਸਾਰਾ ਸਟਾਫ ਹੈ ਜਿਹੜਾ ਉਹਨਾਂ ਨੇ ਪਿੰਡ 'ਚ ਫੋਨ ਨਹੀਂ ਕਰੇ, ਕਿਸੇ ਘਰੇ ਨਹੀਂ ਗਏ, ਕਿਸੇ ਹੋਰ ਨਹੀਂ ਗਏ, ਕੱਲਾ ਮਤਲਬ ਜਿਹੜਾ ਹਰਪ੍ਰੀਤ ਸਰ ਨੇ ਇਹੀ ਮਤਲਬ ਬੱਚਿਆਂ ਨਾਲ ਹੋਰਾਂ ਨਾਲ ਉਹਨਾਂ ਨੂੰ ਮਤਲਬ ਸੰਪਰਕ ਕਰ ਰਹੇ ਨੇ ਕੱਲੇ। ਜੋ ਅੱਜ ਦੀ ਘਟਨਾ ਹੋਈ ਹੈ ਇਸ ਨੂੰ ਤੁਸੀਂ ਉੱਚ ਅਧਿਕਾਰੀਆਂ ਤੱਕ ਪਹੁੰਚਾ ਦਿੱਤਾ ਹੈਗਾ? ਪਹੁੰਚਾ ਦਿੱਤਾ ਹੈ।